सिस्टर का नाम मनदीप कौर है, फरीदकोट के रहने वाले ने। इन्हें साची इस सिस्टर की अद्भुत गवाही है कि इन्होंने चार महीने तो बच्चेदानी के काफ़ी ज़्यादा दर्द होंदा सी, और जब इन्होंने स्कैन करवाई और स्कैन तो बाद इन्हें रसौली दसी बच्चेदानी के, और रसौली 2 ml की सी, और जिसके कारण मास्टर जी बहुत ज़्यादा सिस्टर परेशान सके। इन्होंने कई डॉक्टरों को दिखाया और बहुत सारी इन्होंने मेडिसिन भी खाधी, पर इन्होंने कोई भी फर्क नहीं पैंदा सीगा, और जब भी यह खाना खाते थे इन्होंने बहुत ज़्यादा एकदम दर्द होने लग जाता सी। और उस तो बाद मास्टर जी इन्होंने 2 महीने पहला पासी थोड़े को हैंड ऑफ के प्रार्थना करवाई, ले हैंड प्रार्थना करवाई, और उस तो बाद इन्हें ले हैंड प्रार्थना बाई फैद रिसीव किया, और उस तो बाद इन्होंने पीरियड्स आने शुरू हो गए। इन्होंने पहला पीरियड्स नहीं आते थे, और उस तो बाद ले हैंड प्रार्थना तो बाद पीरियड्स आने शुरू हो गए। और उस तो बाद पासी पिछले संडे तो पिछले संडे जब तुम घोषणावा कर रहे थे कि पवित्र आत्मा की उपस्थिति है, और पवित्र आत्मा के द्वारा किसी दिया रसौलियां कटिया जा रही ने, और सिस्टर ने उस प्रोफेटिक नू बाई फेद रिसीव किया। और उस तो बाद जब इन्होंने घर जाके कल ही स्कैन करवा के आए ने पास्टर जी, ये सिस्टर बिल्कुल फ्री ने, और तुम रिपोर्ट देख सकते हो और बिल्कुल नॉर्मल आई है, क्योंकि इन्होंने 5वें महीने स्कैन करवाई थी, और उसके बाद इन्होंने रसौली दसी गई थी बच्चेदानी के। स्कैन करवा के आए ने और बिल्कुल स्कैन नॉर्मल आई है। इस अद्भुत अगुवाई के लिए परमेश्वर का धन्यवाद करते ने। अद्भुत काम सिस्टर जी, डॉक्टर जी मतलब किस तरह ਤੁਹਾਨੂੰ ਇਸ ਦੀ ਦਿੱਕਤ ਆਂਦੀ ਸੀ ਔਰ ਕਿੰਨੇ ਟਾਈਮ ਤੋਂ? 5-6 ਮਹੀਨੇ ਹੋ ਗਏ ਸੀ ਪਾਸਟਰ ਜੀ, ਮੈਨੂੰ ਬਹੁਤ ਤਕਲੀਫ ਸੀਗੀ। ਜਦੋਂ ਮੈਂ ਤੁਰਦੀ ਸੀ ਉਦੋਂ ਵੀ ਮੇਰੇ ਦਰਦ ਹੁੰਦਾ ਸੀ, ਜਦੋਂ ਮੈਂ ਖਾਣਾ ਖਾਂਦੀ ਸੀ ਉਦੋਂ ਵੀ ਮੇਰੇ ਦਰਦ ਹੁੰਦਾ ਸੀਗਾ। ਮੈਨੂੰ 15-15, 20-20 ਦਿਨ ਬਲੀਡਿੰਗ ਪੈਂਦੀ ਰਹਿੰਦੀ ਸੀ, ਮੈਂ ਬਹੁਤ ਪਰੇਸ਼ਾਨ ਸੀ। ਜਦੋਂ ਤੁਸੀਂ ਹੈੱਡ ਆਫਿਸ ਦੇ ਵਿੱਚ ਮੇਰੇ 'ਤੇ ਪ੍ਰੇਅਰ ਕੀਤੀ, ਮੈਂ ਬਹੁਤ ਵਿਸ਼ਵਾਸ ਨਾਲ ਆਪਣੇ ਘਰ ਗਈ। ਉਸ ਤੋਂ ਬਾਅਦ ਮੈਂ ਕਿਹਾ ਮੈਂ ਹੁਣ ਹੀਲ ਹਾਂ, ਮੈਨੂੰ 2 ਮਹੀਨੇ ਹੋ ਗਏ, ਮੈਂ ਵਧੀਆ ਠੀਕ ਹਾਂ, ਬਿਲਕੁਲ ਠੀਕ ਹਾਂ। ਪਰ ਮੈਂ ਗਵਾਹੀ ਨਹੀਂ ਸੀ ਦਿੱਤੀ। ਜਦੋਂ ਤੁਸੀਂ ਘੋਸ਼ਣਾਵਾਂ ਕਰ ਰਹੇ ਸੀ, ਮੈਨੂੰ ਉਦੋਂ ਯਾਦ ਆਇਆ ਕਿ ਮੈਂ ਰਸੌਲੀ ਦੀ ਗਵਾਹੀ ਦੇਣੀ ਆ ਫਸਟ ਜੀ। ਫਿਰ ਮੈਨੂੰ ਯਾਦ ਆਇਆ, ਫਿਰ ਮੈਂ ਘਰ ਜਾ ਕੇ ਵੀ ਘਰ ਗੱਲ ਕੀਤੀ, ਮੈਂ ਕਿਹਾ ਮੈਂ ਗਵਾਹੀ ਨਹੀਂ ਦਿੱਤੀ, ਮੈਂ ਭੁੱਲ ਗਈ ਹਾਂ। ਅੱਛਾ, ਉਸ ਤੋਂ ਪਹਿਲਾਂ ਤੁਸੀਂ ਇਹ ਰਿਪੋਰਟ ਕਰਵਾਈ ਸੀ? ਨਹੀਂ ਜੀ। ਅੱਛਾ, ਮਤਲਬ ਕਿ ਮੈਂ ਕੱਲ੍ਹ ਹਾਂਜੀ ਮੈਂ ਬਿਲਕੁਲ ਠੀਕ ਸੀਗੀ, ਮੇਰੇ ਦਰਦ ਵੀ ਨਹੀਂ ਹੁੰਦਾ ਸੀ, ਮੈਂ ਖਾਣਾ ਵੀ ਸਹੀ ਖਾਂਦੀ ਸੀ, ਤੁਰਦੀ ਦੇ ਦਰਦ ਵੀ ਨਹੀਂ ਹੁੰਦਾ ਸੀ, ਪਰ ਮੈਂ ਗਵਾਹੀ ਦੇਣੀ ਭੁੱਲ ਗਈ ਸੀ। ਫਿਰ ਜਦੋਂ ਤੁਸੀਂ ਘੋਸ਼ਣਾਵਾਂ ਕੀਤੀ ਪਾਸਟਰ ਜੀ ਇੱਥੇ, ਮੈਂ ਫਿਰ ਉਹਨਾਂ ਨੂੰ ਵੀ ਤੁਹਾਡੇ ਸ਼ਬਦਾਂ ਨੂੰ ਰਿਸੀਵ ਕੀਤਾ, ਫਿਰ ਮੈਂ ਘਰ ਜਾ ਕੇ ਵੀ ਗੱਲ ਕੀਤੀ, ਸਾਰਿਆਂ ਨੂੰ ਦੱਸਿਆ, ਮੈਂ ਕਿਹਾ ਪਾਸਟਰ ਜੀ ਨੇ ਮੇਰੇ ਲਈ ਪ੍ਰਪੈਸੀ ਕੀਤੀ ਆ, ਪਰ ਮੈਂ ਕਿਹਾ ਮੈਂ ਅਲਟਰਾਸਾਊਂਡ ਕਰਵਾ ਕੇ ਫਿਰ ਗਵਾਹੀ ਦੇਵਾਂਗੀ ਪਾਸਟਰ ਜੀ। ਬਿਲਕੁਲ ਸਹੀ ਹੈ, ਕਿਉਂਕਿ ਮੈਂ ਇਹ ਖੁਦ ਹੀ ਕਹਿਣਾ ਕਿ ਜਦ ਤੁਸੀਂ ਇੱਥੇ ਹਿੱਟ ਲੁੱਟਦੇ ਹੋ, ਚੈੱਕ ਕਰੋ ਆਪਣੇ ਆਪ ਨੂੰ। ਜੇਕਰ ਤੁਹਾਡੀ ਬਿਮਾਰੀ ਘਰ ਜਾ ਕੇ ਚੈੱਕ ਹੋਣ ਵਾਲੀ ਹੈ, ਤੁਸੀਂ ਉਹਨੂੰ ਘਰ ਜਾ ਕੇ ਚੈੱਕ ਕਰੋ, ਹਫ਼ਤਾ ਕਰੋ, 2 ਮਹੀਨੇ ਕਰੋ, 1 ਮਹੀਨਾ ਕਰੋ, ਔਰ ਉਸ ਤੋਂ ਬਾਅਦ ਗਵਾਹੀ ਦਿਓ, ਡੈਥ ਪ੍ਰੂਫ ਹੈ ਨਾ। ਅੱਛਾ, ਉਸ ਤੋਂ ਬਾਅਦ ਜਦ ਤੁਸੀਂ ਕੱਲ੍ਹ ਸਕੈਨ ਕਰਵਾਈ ਔਰ ਬਿਲਕੁਲ ਸਕੈਨ ਨੋਰਮਲ ਆਈ ਹੈ? ਹਾਂ। ਅੱਛਾ, ਕੋਈ ਰਸੌਲੀ ਨਹੀਂ ਹੈ ਹੁਣ? ਨਹੀਂ ਜੀ, ਨੋਰਮਲ। ਅੱਛਾ, ਗੈਬ ਹੋ ਚੁੱਕੀ ਹੈ? ਹਾਂ ਜੀ। ਸਭ ਜ਼ੋਰ ਸੇ ਤਾਰੀਫ ਕਰੋ, ਜ਼ੋਰ ਸੇ, ਜ਼ੋਰ ਸੇ, ਜ਼ੋਰ ਸੇ, ਉਸ ਜੀਵਤ ਪਰਮੇਸ਼ਰ ਦੀ ਜੀਵਤ ਹਾਜ਼ੂਰੀ ਦੇ ਵਿੱਚ ਜ਼ੋਰ ਸੇ ਤਾਰੀਫ ਕਰੋ, ਜ਼ੋਰ।